ਕੁਝ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦੇ ਕਿ ਤੁਸੀਂ ਸਾਡੇ ਇਸ ਨਵੇਂ ਚੈਨਲ ਨੂੰ ਯੂਰਪ ਨਿਊਜ਼ ਟੀਵੀ ਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਨੇ ਤੇ ਧੰਨਵਾਦੀ ਹਾਂ ਉਹਨਾਂ ਸਾਰੇ ਪ੍ਰੈਸ ਰਿਪੋਰਟਰਾਂ ਦਾ ਜਿਨ੍ਹਾਂ ਵੱਲੋਂ ਸਾਨੂੰ ਵੱਖ-ਵੱਖ ਲੋਕੇਸ਼ਨਾਂ ਤੋਂ ਮੀਡੀਆ ਭੇਜ ਕੇ ਇਸ ਚੈਨਲ ਨੂੰ ਕਾਮਯਾਬ ਬਣਾਉਣ ਤੇ ਇੱਕ ਸੱਚ ਦੀ ਆਵਾਜ਼ ਨੂੰ ਲੋਕਾਂ ਤਾਈਂ ਪਹੁੰਚਾਉਣ ਲਈ ਸਹਿਯੋਗ ਦਿੱਤਾ ਜਾ ਰਿਹਾ ਵਾ ਤੇ ਗੱਲ ਕਰਨ ਜਾ ਰਹੇ ਹਾਂ ਜੀ ਜਿਹੜੇ ਲੋਕ ਇਟਲੀ ਤੋਂ ਇੰਡੀਆ ਗਏ ਸੀ ਆਪਣੇ ਪਰਿਵਾਰਾਂ ਨੂੰ ਮਿਲਣ ਉਹ ਲੋਕਡਾਊਨ ਦਾ ਕਰਕੇ ਉੱਥੇ ਫਸ ਕੇ ਰਹਿ ਗਏ ਸੀਗੇ ਆਪਣੇ ਘਰਾਂ 'ਚ ਰਹਿ ਗਏ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਹੁਣ ਵਾਪਸ ਆ ਰਹੇ ਨੇ ਤੇ ਏਅਰਲਾਈਨਾਂ ਵੱਲੋਂ ਉਹਨਾਂ ਦਾ ਜੰਮ ਕੇ ਜਿਹੜਾ ਇੱਕ ਖੂਨ ਪਸੀਨੇ ਨਾਲ ਕਮਾਈ ਜਿਹੜੀ ਕੀਤੀ ਆ ਉਹਨੂੰ ਲੁੱਟਿਆ ਜਾ ਰਿਹਾ ਜਿਹੜੀ ਟਿਕਟ 20,000 ਦੀ ਜਾਂ 30,000 ਦੀ ਸੀ ਉਹਨੂੰ 1.5 ਲੱਖ ਵਿੱਚ ਵੇਚਿਆ ਜਾ ਰਿਹਾ ਚਲੋ ਲੋਕਾਂ ਨੂੰ ਮਜਬੂਰੀ ਵੱਸ ਜਿਹੜਾ ਕੌੜਾ ਘੋਟਾ ਉਹ ਭਰਨਾ ਪੈ ਰਿਹਾ ਕਿਉਂਕਿ ਕਿਸੇ ਦਾ ਕੰਮ ਛੁੱਟ ਰਿਹਾ ਵਾ ਜਾਂ ਕਿਸੇ ਦੇ ਪੇਪਰਾਂ ਦੀ ਮਿਆਦ ਮੁੱਕਣ ਵਾਲੀ ਆ ਤੇ ਅਸੀਂ ਤੁਹਾਨੂੰ ਯੂਰਪ ਨਿਊਜ਼ ਟੀਵੀ ਰਾਹੀਂ ਵਿਖਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਫਲਾਈਟਾਂ ਦੇ ਵਿੱਚ ਇੰਡੀਆ ਤੋਂ ਬੈਠ ਕੇ ਲੋਕ ਇਟਲੀ ਆ ਰਹੇ ਨੇ ਤੇ ਅੱਜ ਜਿਹੜੀ ਇੱਕ ਫਲਾਈਟ ਆ ਉਹ ਆਈ ਆ ਦਿੱਲੀ ਟੂ ਪੈਰਿਸ ਤੇ ਇਹਦੇ ਵਾਸਤੇ ਕਿਹਨਾਂ ਕਿਹਨਾਂ ਲੋਕਾਂ ਨੇ ਹੈਲਪ ਕੀਤੀ ਆ ਪੈਸੈਂਜਰਾਂ ਦੀ ਸਵਾਰੀਆਂ ਦੀ ਤੁਹਾਨੂੰ ਉਹਨਾਂ ਦੀ ਜ਼ਬਾਨੀ ਹੀ ਸੁਣਾਉਂਦੇ ਹਾਂ ਅਤੇ ਅਸੀਂ ਆਪਣੇ ਯੂਰਪ ਨਿਊਜ਼ ਟੀਵੀ ਨਾਲ ਜਿਹੜੀ ਇੱਕ ਸਪੈਸ਼ਲ ਰਿਪੋਰਟ ਲੈ ਕੇ ਆਏ ਨੇ ਅਤੇ ਇਹਦੇ ਵਾਸਤੇ ਇਸ ਤੋਂ ਪਹਿਲਾਂ ਇੱਕ ਬੱਸ ਆਈ ਸੀ ਹੋਲੈਂਡ ਤੋਂ ਅਤੇ ਉਹਦੇ ਗਰੁੱਪ ਦੀ ਜਿਹੜੀ ਟੀਮ ਆ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਬੱਸ ਕਰਕੇ ਲੋਕਾਂ ਨੂੰ ਘਰੋਂ ਘਰ ਹੀ ਪੁੱਜਦਾ ਕੀਤਾ ਗਿਆ ਸੀ ਅਤੇ ਇਸੇ ਤਰ੍ਹਾਂ ਦਾ ਹੀ ਇੱਕ ਉਪਰਾਲਾ ਜਿਹੜਾ ਪੰਜਾਬ ਸਰਵਿਸ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੇ ਜਿਹੜੇ MDR ਸੰਜੀਵ ਲਾਂਬਾ ਲਵਾਰਾ ਕੀਤਾ ਗਿਆ ਵਾ ਅੱਜ ਜਿਹੜੀਆਂ ਪੈਰਿਸ ਸਵਾਰੀਆਂ ਆ ਰਹੀਆਂ ਨੇ ਉਹਨਾਂ 'ਚੋਂ ਜ਼ਿਆਦਾ ਜਿਹੜੀਆਂ ਉਹ ਇਟਲੀ ਨਾਲ ਰਿਲੇਟਡ ਨੇ ਅਤੇ ਉਹ ਬੱਸਾਂ ਰਾਹੀਂ ਇਟਲੀ ਪਹੁੰਚ ਰਹੀਆਂ ਨੇ ਅਤੇ ਆਓ ਤੁਹਾਨੂੰ ਅਸੀਂ ਆਪਣੇ ਕੈਮਰੇ ਦੇ ਜ਼ਰੀਏ ਵਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜੇ ਇੰਡੀਆ ਗਏ ਹੋਏ ਸੀ ਪੰਜਾਬੀ ਸਾਡੇ ਕਿਸ ਤਰ੍ਹਾਂ ਵਾਪਸ ਇਟਲੀ ਆ ਰਹੇ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਆਪਣੇ ਕੈਮਰੇ ਜ਼ਰੀਏ ਇਹਨਾਂ ਯਾਤਰੀਆਂ ਤੱਕ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਭਰਾਵਾਂ ਨੂੰ। ਅਸੀਂ ਜੀ ਅੱਜ ਦਿੱਲੀ ਤੋਂ ਨਿਊ ਦਿੱਲੀ ਏਅਰਪੋਰਟ ਤੋਂ ਚੱਲੇ ਹਾਂ ਜੀ ਇਟਲੀ। ਪੈਰਿਸ ਦੀ ਸਾਡੀ ਫਲਾਈਟ ਆ। ਪੰਜਾਬ ਸਰਵਿਸ ਵਾਲੇ ਸਰ ਸੰਜੀਵ ਲਾਂਬਾ ਜੀ ਔਰ ਜੈਸਵੀ ਟਰੈਵਲ ਵਾਲਿਆਂ ਦਾ ਅਸੀਂ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਸਾਡੇ ਲਈ ਬਹੁਤ ਖੇਚਲ ਕੀਤੀ ਹੈ। ਅੱਜ ਇਹ ਘੱਟੋ ਘੱਟ 37-38 ਜਾਣੇ ਆ। ਕੁਛ ਪਰਸਨ ਰੋਟੀ ਖਾ ਰਹੇ ਨੇ ਅਤੇ ਬਾਕੀ ਜਿੰਨੇ ਵੀ ਫਰੀ ਸੀ ਉਹ ਸਾਰੇ ਸਾਡੇ ਨਾਲ ਨੇ। ਤੋ ਸਪੈਸ਼ਲੀ ਥੈਂਕਸ ਸਾਰਿਆਂ ਦਾ ਸੰਜੀਵ ਲਾਂਬਾ ਜੀ ਔਰ ਜੈਸਵੀ ਟਰੈਵਲ ਵਾਲਿਆਂ ਦਾ ਪੰਜਾਬ ਸਰਵਿਸ ਵਾਲੇ। ਓਕੇ ਜੀ, ਬਾਕੀ ਸਾਨੂੰ ਕੋਈ ਦਿੱਕਤ ਨਹੀਂ ਆਈ ਏਅਰਪੋਰਟ ਦੇ ਉੱਤੇ। ਸਾਰਿਆਂ ਨੇ ਬਹੁਤ ਵਧੀਆ ਬਿਹੇਵ ਕੀਤਾ ਸਾਡੇ ਨਾਲ ਔਰ ਕੋਈ ਵੀ ਦਿੱਕਤ ਨਹੀਂ ਕਿਸੇ ਗੱਲ ਦੀ। ਸਾਰੀ ਫੋਰਮੈਲਿਟੀ ਬਹੁਤ ਨੋਰਮਲੀ ਆ। ਤੁਸੀਂ ਕਦੀ ਵੀ ਆ ਕੇ ਪਾਰਕ ਤੋਂ ਆਪਣੀ ਫਲਾਈਟ ਲੈ ਕੇ ਜਾ ਸਕਦੇ। ਓਕੇ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਦੇਸ਼ ਵਿਦੇਸ਼ 'ਚ ਵਸਦੇ ਸਾਰੇ ਹੀ ਭਾਰਤੀ ਭਾਈਚਾਰੇ ਨੂੰ ਸੰਜੀਵ ਲਾਂਬਾ ਵੱਲੋਂ ਪਿਆਰ ਭਰੀ ਨਮਸਤੇ ਤੇ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਵੀ 31 ਮਈ ਤੱਕ ਇੰਡੀਆ ਦੇ ਵਿੱਚ ਲੋਕਡਾਊਨ ਹੈ। ਲੋਕਡਾਊਨ ਹੋਣ ਕਰਕੇ ਇੰਡੀਆ ਦੇ ਵਿੱਚ ਕੋਈ ਵੀ ਕਿਸੇ ਹੋਰ ਮੁਲਕ ਦੀ ਫਲਾਈਟ ਰਾਹੀਂ ਆਪਾਂ ਇਟਲੀ ਨਹੀਂ ਜਾ ਪਾ ਰਹੇ। ਸਿਰਫ ਏਅਰ ਇੰਡੀਆ ਦੇ ਥਰੂ ਹੀ ਆਪਾਂ ਇਟਲੀ 'ਚ ਜਾ ਸਕਦੇ ਹਾਂ। ਇਸ ਕਰਕੇ ਏਅਰ ਇੰਡੀਆ ਵੱਲੋਂ ਹਰ ਕੰਟਰੀ ਲਈ ਫਲਾਈਟ ਚਲਾਈ ਜਾ ਰਹੀ ਹੈ। ਜਿਵੇਂ ਲਾਸਟ 20 ਮਈ ਦੀ ਫਲਾਈਟ ਸੀਗੀ ਦਿੱਲੀ ਤੋਂ ਰੋਮ ਦੀ ਫਲਾਈਟ, ਜਿਹਦੇ 'ਚ ਕਾਫੀ ਪਰਿਵਾਰ ਆਪਣੇ ਇੰਡੀਆ ਦੇ ਵਿੱਚ ਜਿਹੜੇ ਜਨਵਰੀ ਫਰਵਰੀ ਮਾਰਚ ਤੇ ਆਏ ਹੋਏ ਸੀ ਉਹ ਕਾਫੀ ਚਲੇ ਗਏ ਤੇ ਕਾਫੀ ਹੱਦ ਤੱਕ ਹਲੇ ਅੱਖੀ ਬੈਠੇ ਨੇ, ਜਿਹੜੇ ਜਾਣ ਦੀ ਰਾਹ ਦੇਖਦੇ ਪਏ ਨੇ ਵੀ ਕਦੋਂ ਫਲਾਈਟਾਂ ਸ਼ੁਰੂ ਹੋਣ ਤੇ ਕਦੋਂ ਅਸੀਂ ਇਟਲੀ ਨੂੰ ਜਾਈਏ। ਇਸੇ ਤਰ੍ਹਾਂ ਹੀ ਦੋਸਤੋ, 22 ਤਰੀਕ ਨੂੰ ਜਿਹੜੀ ਫਲਾਈਟ ਸੀਗੀ ਦਿੱਲੀ ਤੋਂ ਪੈਰਿਸ, ਉਹਦੇ ਰਾਹੀਂ ਵੀ ਕਾਫੀ ਲੋਕ ਜਿਹੜੇ ਆਪਣੇ ਇਟਲੀ ਵਾਪਸ ਆਏ ਨੇ ਤੇ ਅੱਜ 25 ਮਈ ਦੀ ਫਲਾਈਟ ਜਿਹੜੀ ਕਿ ਦਿੱਲੀ ਤੋਂ ਪੈਰਿਸ ਦੁਬਾਰਾ ਗਈ ਹੈ, ਉਹਦੇ ਲਈ ਬੱਸ ਦੀ ਸਪੈਸ਼ਲ ਅਰੇਂਜਮੈਂਟ ਸੰਜੀਵ ਲਾਂਬਾ ਵੱਲੋਂ ਅਤੇ ਯੈਸਵੀ ਟਰੈਵਲ ਯਾਨੀ ਕਿ ਪੰਜਾਬ ਸਰਵਿਸ ਵੱਲੋਂ ਅਤੇ ਯੈਸਵੀ ਟਰੈਵਲ ਦੇ ਸਹਿਯੋਗ ਨਾਲ ਅਸੀਂ ਇਟਲੀ ਦੇ ਰੈਜ਼ੀਡੈਂਟ ਨੂੰ ਪੈਰਿਸ ਤੋਂ ਵਾਪਸ ਲੈ ਕੇ ਆ ਰਹੇ ਹਾਂ। ਤੇ ਨਾਲ ਦੀ ਨਾਲ ਦੋਸਤੋ, ਮੈਂ ਇਹ ਵੀ ਦੱਸਣਾ ਚਾਹੂੰਗਾ ਵੀ ਇੰਡੀਆ ਦੇ ਵਿੱਚ ਫਿਲਹਾਲ VFS ਸੈਂਟਰ ਸਾਰੇ ਬੰਦ ਨੇ ਤੇ ਅੰਬੈਸੀ ਵੱਲੋਂ ਵੀ ਹਲੇ ਕੋਈ ਸੇਵਾਵਾਂ ਸ਼ੁਰੂ ਕਰਨ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ। ਹੋ ਸਕਦਾ 31 ਮਈ ਤੋਂ ਬਾਅਦ ਇਹ ਸੇਵਾਵਾਂ ਸ਼ੁਰੂ ਹੋ ਜਾਣ। ਨਾਲ ਦੀ ਨਾਲ ਕੱਲ ਤੋਂ ਪੰਜਾਬ ਦੇ ਵਿੱਚ ਜਿਹੜੇ ਪਾਸਪੋਰਟ ਸੇਵਾ ਨੇ, ਜਿਹੜੇ ਕੇਂਦਰ ਬਣੇ ਹੋਏ ਨੇ, ਪਾਸਪੋਰਟ ਆਫਿਸ ਨੇ, ਉਹ ਖੁੱਲ ਰਹੇ ਨੇ। ਜਿਸ ਵੀ ਭੈਣ ਭਰਾ ਦਾ ਪਾਸਪੋਰਟ ਰੀਨਿਊ ਹੋਣ ਵਾਲਾ ਹੈ ਜਾਂ ਜਿਨ੍ਹਾਂ ਦਾ ਖਤਮ ਹੋ ਚੁੱਕਾ ਹੋਇਆ, ਉਹ ਦੁਬਾਰਾ ਆ ਕੇ ਇੱਥੋਂ ਦੀ ਅਪਾਇੰਟਮੈਂਟ ਲੈ ਕੇ ਆਪਣੇ ਪਾਸਪੋਰਟ ਨੂੰ ਬਣਵਾ ਸਕਦੇ ਨੇ।
ਤੇ ਨਾਲ ਦੀ ਨਾਲ ਇੰਡੀਆ ਦੇ ਵਿੱਚ ਅਗਰ ਕਿਸੇ ਵੀ ਭਾਈਚਾਰੇ ਨੂੰ ਇੰਡੀਆ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਪੰਜਾਬ ਸਰਵਿਸ ਨੂੰ ਕੰਟੈਕਟ ਕਰ ਸਕਦੇ ਹੋ। ਸਾਡਾ ਨੰਬਰ 9872-037-24 ਤੇ ਤੁਸੀਂ ਸੰਪਰਕ ਕਰਕੇ ਸਹੀ ਜਾਣਕਾਰੀ ਲੈ ਸਕਦੇ ਹੋ। ਧੰਨਵਾਦ। ਅਸੀਂ ਸਾਰੇ ਜਣੇ ਬਹਿ ਗਏ ਹਾਂ ਜਹਾਜ਼ 'ਚ ਅਤੇ ਹੁਣ ਇਹ 7:30 ਘੰਟੇ ਦੀ ਫਲਾਈਟ ਆ ਇੰਡੀਆ ਤੋਂ ਪੈਰਿਸ। ਫਿਰ ਉਸ ਤੋਂ ਅੱਗੇ ਯਸ਼ਵੀ ਟਰੈਵਲ ਵਾਲੇ ਔਰ ਪੰਜਾਬ ਸਰਵਿਸ ਵਾਲੇ ਸੰਜੀਵ ਲਾਂਬਾ ਜੀ, ਇਹਨਾਂ ਨੇ ਰਲ ਕੇ ਸਾਡੇ ਲਈ ਪੈਰਿਸ ਤੋਂ ਇਟਲੀ ਜਾਣ ਲਈ ਬੱਸਾਂ ਕੀਤੀਆਂ ਅਤੇ ਅਸੀਂ ਸਾਰੇ ਜਣੇ ਜਿੰਨੇ ਵੀ ਪੈਰਿਸ ਤੋਂ ਇਟਲੀ ਜਾ ਰਹੇ ਹਾਂ ਸਾਰੇ ਜਣੇ ਥੈਂਕ ਯੂ ਕਰਦੇ ਹਾਂ ਯਸ਼ਵੀ ਟਰੈਵਲ ਦਾ, ਪੰਜਾਬ ਸਰਵਿਸ ਇਟਲੀ ਜਲੰਧਰ ਸੰਜੀਵ ਲਾਂਬਾ ਜੀ ਦਾ। ਆਹ ਦੇਖ ਲਓ ਅਸੀਂ ਸਾਰੇ ਜਣੇ ਚੱਲੇ ਹਾਂ, ਇਹਦੇ ਵਿੱਚ ਕੋਈ ਝੂਠ ਨਹੀਂ। ਪੂਰਾ ਯਾਨੀ ਸਾਰੇ ਸੰਤੁਸ਼ਟ ਆ, ਬਹੁਤ ਵਧੀਆ ਇਹਨਾਂ ਨੇ ਸਿਸਟਮ ਕੀਤਾ ਏਅਰ ਇੰਡੀਆ ਨੇ। ਅਸੀਂ ਏਅਰ ਇੰਡੀਆ ਦੇ ਵੀ ਥੈਂਕ ਯੂ ਕਰਦੇ ਹਾਂ ਸਾਰੇ ਜਣੇ। ਅਤੇ ਆਹ ਦੇਖੋ ਇੱਕ ਸੀਟ ਫਰੀ ਕੀਤੀ ਹੋਈ ਵਿੱਚ, ਇੱਕ ਸੀਟ ਛੱਡ ਕੇ ਬਿਠਾਏ ਹੋਏ ਆ। ਤਾਂ ਬਾਕੀ ਜਿੰਨੀ ਵੀ ਇਨਫੋਰਮੇਸ਼ਨ ਹੋਈ ਫਿਰ ਅਸੀਂ ਪੈਰਿਸ ਤੋਂ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਅਸੀਂ ਸਾਰੇ ਬੜੇ ਹੈਪੀ ਹਾਂ, ਬੜੇ ਖੁਸ਼ ਹਾਂ ਅੱਜ ਅਸੀਂ ਘਰ ਜਾ ਰਹੇ ਬਹੁਤ ਦਿਨਾਂ ਤੋਂ ਬਾਅਦ। ਤਾਂ ਅਗਲੀ ਵੀਡੀਓ ਅਸੀਂ ਫਿਰ ਪੈਰਿਸ ਜਾ ਕੇ ਜਦੋਂ ਇਟਲੀ ਲਈ ਤਿਆਰ ਹੋਣਾ ਜਾਣਾ ਫਿਰ ਉਦੋਂ ਸੈਂਡ ਕਰਾਂਗੇ। ਓਕੇ, ਬਾਏ ਬਾਏ, ਮਿਲਦੇ ਹਾਂ ਸਾਰਿਆਂ ਨੂੰ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਅਸੀਂ ਇਟਲੀ ਵਾਲੇ ਸਾਰੇ ਆ ਗਏ ਹਾਂ ਫਰਾਂਸ ਪੈਰਿਸ ਵਿੱਚ। ਸਾਡੀ ਸਾਰਿਆਂ ਦੀ ਬਹੁਤ ਵਧੀਆ ਢੰਗ ਨਾਲ ਇਮੀਗ੍ਰੇਸ਼ਨ ਹੋਈ ਆ, ਕੋਈ ਦਿੱਕਤ ਨਹੀਂ ਹੈ ਕਿਸੇ ਨੂੰ। ਸਾਰੇ ਜਣੇ ਅਸੀਂ ਬਾਹਰ ਆ ਗਏ, ਦੇਖ ਲਓ। ਠੀਕ ਆ ਜੀ। ਤਾਂ ਅਸੀਂ 40 ਤੋਂ 50 ਜਣੇ ਆ, ਬਹੁਤ ਵਧੀਆ ਰਿਹਾ ਸਫ਼ਰ ਵੀ। ਤਾਂ ਇੱਥੇ ਆ ਕੇ ਵੀ ਕੋਈ ਦਿੱਕਤ ਨਹੀਂ ਆਈ, ਕੋਈ ਪੁੱਛ ਗਿੱਛ ਨਹੀਂ ਹੋਈ। ਬਸ ਉਹਨਾਂ ਨੇ ਇੰਨਾ ਹੀ ਪੁੱਛਿਆ ਵੀ ਤੁਸੀਂ ਕਾਹਦੇ 'ਤੇ ਜਾਣਾ ਆ ਇਟਲੀ। ਅਸੀਂ ਕਿਹਾ ਅਸੀਂ ਬੱਸਾਂ ਕੀਤੀਆਂ ਹੋਈਆਂ, ਅਸੀਂ 40 ਤੋਂ 50 ਜਾਣੇ ਆ ਗਰੁੱਪਾਂ। ਅਤੇ ਉਹਨਾਂ ਨੇ ਕੋਈ ਬਿਨਾਂ ਪੁੱਛ ਗਿੱਛ ਕੀਤਿਆਂ ਸਾਰਾ ਕੁਛ ਉਹਨਾਂ ਨੇ ਸਾਡੇ ਡਾਕੂਮੈਂਟ ਦੇਖ ਕੇ ਇਮੀਗ੍ਰੇਸ਼ਨ ਕਰਤੀ। ਅਸੀਂ 5 ਮਿੰਟ 'ਚ ਹੀ ਬਾਹਰ ਆ ਗਏ ਹੁਣ। ਤਾਂ ਆਪਣੇ ਬੈਗ ਦੀ ਵੇਟ ਕਰ ਰਹੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਫਿਰ ਬੱਸ ਵਿੱਚ ਜਾ ਕੇ ਇੱਕ ਵੀਡੀਓ ਪਾਵਾਂਗੇ। ਠੀਕ ਹੈ ਜੀ। ਅਤੇ ਬਹੁਤ ਵਧੀਆ ਹੋਇਆ ਸਾਰਿਆਂ ਕੁਛ। ਅਤੇ ਇਸ ਕੰਮ ਲਈ ਆਪਣਾ ਯਸ਼ਵੀ ਟਰੈਵਲ ਏਜੰਸੀ ਇਟਲੀ ਵਾਲੇ ਅਤੇ ਸਾਡਾ ਵੱਡਾ ਵੀਰ ਸੰਜੀਵ ਲਾਂਬਾ ਜੀ ਪੰਜਾਬ ਸਰਵਿਸ ਵਾਲਿਆਂ ਦਾ ਧੰਨਵਾਦ ਆ। ਹੁਣ ਸਾਨੂੰ ਯਕੀਨ ਆ ਅਸੀਂ ਬਹੁਤ ਜਲਦੀ ਘਰ ਪਹੁੰਚ ਜਾਣਾ ਸਾਰਿਆਂ ਨੇ, ਹੈ ਨਾ। ਅਤੇ ਤੁਸੀਂ ਵੀ ਸਾਰੇ ਜਣੇ ਜਿਹੜੇ ਇੰਡੀਆ ਫਸੇ ਹੋਏ ਆ ਅਤੇ ਜੇ ਆਉਣਾ ਚਾਹੁੰਦੇ ਆ ਇਹਨਾਂ ਨਾਲ ਸੰਪਰਕ ਕਰੋ। ਅਤੇ ਬਿਨਾਂ ਲਾਲਚ ਦੇ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਸਾਰਿਆਂ ਨੇ ਦੋਨਾਂ ਜਣਿਆਂ ਨੇ ਸਾਡੀ ਹੈਲਪ ਕੀਤੀ ਆ। ਅਤੇ ਵਾਹਿਗੁਰੂ ਤਰੱਕੀਆਂ ਬਖਸ਼ੇ। ਅਤੇ ਬਾਕੀ ਅਸੀਂ ਫਿਰ ਵੀਡੀਓ ਜਿਹੜੀ ਆ ਬੱਸ ਵਿੱਚ ਜਾ ਕੇ ਸ਼ੇਅਰ ਕਰਾਂਗੇ ਤੁਹਾਨੂੰ। ਆ ਗਏ ਸਾਰੇ ਜਣੇ ਬਾਹਰ ਅਸੀਂ। ਬਾਏ ਬਾਏ ਜੀ ਸਾਰਿਆਂ ਨੂੰ। ਲਓ ਜੀ, ਸਭ ਕੁਝ ਓਕੇ ਹੋ ਗਿਆ ਸਰ ਜੀ। ਅੱਜ ਅਸੀਂ ਜਾ ਰਹੇ ਹਾਂ ਪੈਰਿਸ। ਅੱਜ ਦੀ ਫਲਾਈਟ ਹੈ ਜੀ 25 ਮਈ, ਦਿਨ ਹੈਗਾ 25 ਮਈ, ਫਲਾਈਟ ਸਾਡੀ ਹੈਗੀ ਆ AI-143। ਇਹ ਸਾਰਾ ਅਰੇਂਜਮੈਂਟ ਜੋ ਵੀ ਕੀਤਾ ਸਰ ਨੇ ਸਾਡੇ ਸਾਰੇ ਹੀ ਹੈ ਜੀ, ਲਾਂਬਾ ਸਰ ਨੇ ਕੀਤਾ ਜੀ, ਉਹਨਾਂ ਦੀ ਬੜੀ ਮਿਹਰਬਾਨੀ ਹੈ ਜੀ। ਉਹਨਾਂ ਦੀ ਗਾਈਡੈਂਸ ਬਹੁਤ ਵਧੀਆ ਜੀ, ਫੋਲੋ ਕਰੋ ਜੀ ਸਾਰੇ, ਉਹਨਾਂ ਨੂੰ ਚੱਕ ਦਿਓ ਫੱਟੇ। ਓਕੇ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ, ਅਸੀਂ ਫਰਾਂਸ ਪਹੁੰਚ ਗਏ ਹਾਂ। ਹੁਣ ਦੇਖਦੇ ਹਾਂ ਬੱਸ ਕਿੱਥੇ ਮਿਲਦੀ ਆਪਾਂ ਨੂੰ। ਸਾਨੂੰ ਕਿਸੇ ਨੇ ਕੁਛ ਨਹੀਂ ਪੁੱਛਿਆ, ਇਮੀਗ੍ਰੇਸ਼ਨ ਹੋਈ ਬਸ ਪਰਮਿਸ਼ਨ ਸੀ ਜੋ ਉਹਨੇ ਅਤੇ ਪਾਸਪੋਰਟ ਅਤੇ ਸਟੈਂਪ ਲਾਈ ਉਹਨਾਂ ਨੇ। ਕੋਈ ਬੁੱਕ ਨਹੀਂ ਪੁੱਛੀ ਮਾਰੇ ਕੋਲ, ਤਾਂ ਬਾਕੀਆਂ ਕੋਲ ਪਤਾ ਨਹੀਂ ਮੈਨੂੰ, ਇੱਕ ਤਾਂ ਕੁਛ ਨਹੀਂ ਪੁੱਛਿਆ। ਬਸ 10 ਮਿੰਟ 'ਚ ਅਸੀਂ ਬਾਹਰ ਆ ਗਏ ਥੋੜ੍ਹੇ ਤੋਂ। ਕੋਈ ਪ੍ਰੋਬਲਮ ਨਹੀਂ ਹੈਗੀ ਜੀ, ਏਰੀਆ ਵਧੀਆ ਠੀਕ ਠਾਕ, ਖਾਣ ਪੀਣ ਦਿੱਤਾ ਸਾਰਾ ਕੁਛ ਦਿੱਤਾ। ਅਤੇ ਲਾਂਬਾ ਸਾਹਿਬ ਪੰਜਾਬ ਸਰਵਿਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਯਸ਼ਵੀ ਟਰੈਵਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹਨੂੰ ਸਾਨੂੰ ਇੱਥੇ ਪਹੁੰਚਾਇਆ।
ਹੁਣ ਚੱਲਦੇ ਹਾਂ ਜੀ ਅਸੀਂ ਇਟਲੀ ਨੂੰ ਬ੍ਰੇਸ਼ੀਆ ਤੇ ਅਗਲੀ ਅਪਡੇਟ ਤੁਹਾਨੂੰ ਅੱਗੇ ਜਾ ਕੇ ਦਵਾਂਗੇ ਆ ਦੇਖ ਲਓ ਪਿੱਛੇ ਸਾਰੇ ਸਮਾਨ ਲੈਂਦੇ ਆ लो जी सारयां नूं सति श्री अकाल जी असी पहुँच गए हैं जी पैरिस दे विच ते असी इटली तो आए सी काफ़ी दिनों तो इंडिया फसे सी ते लांबा सर ने साडा काम करता ते सानू पहुँचाता जी पूरी फैमिली नूं ते साडी फैमिली पहुँच गई है ते बहुत सौखे तरीके नाल सानू कोई दिक्कत नहीं है ओके जी धन्यवाद सति श्री अकाल जी सारयां नूं लो जी ਅਸੀਂ ਪਹੁੰਚ ਗਏ ਜੀ ਪੈਰਿਸ ਬੱਸ ਆ ਗਈ ਹੈ ਬੈਠਣ ਲੱਗੇ ਹਾਂ ਅੰਦਰ ਸਪੈਸ਼ਲੀ ਧੰਨਵਾਦ ਜੀ ਸੰਜੀਵ ਲਾਮਾ ਭਾਅ ਜੀ ਜੈਸਮੀ ਟਰੈਵਲ ਵਾਲਿਆਂ ਦਾ ਇਹਨਾਂ ਨੇ ਇੱਕ ਡੇਢ ਮਹੀਨਾ ਮਿਹਨਤ ਕੀਤੀ ਬਹੁਤ ਸਾਡੇ ਲਈ ਸਾਨੂੰ ਆਪਣੇ ਆਪਣੇ ਮੰਜ਼ਿਲਾਂ 'ਤੇ ਪਹੁੰਚਾਇਆ ਥੈਂਕ ਯੂ ਸੋ ਮੱਚ ਇਹਨਾਂ ਨੂੰ ਫੋਲੋ ਕਰੋ ਜੀ ਇਹਨਾਂ ਨਾਲ ਜਿਹੜੇ ਬਾਕੀ ਮੇਰੇ ਵੀਰ ਭਰਾ ਰਹਿ ਗਏ ਇਹਨਾਂ ਨਾਲ ਗੱਲਬਾਤ ਕਰੋ ਸਾਨੂੰ ਵੀ ਪਹੁੰਚਾਉਣਗੇ ਨੋ ਟੈਨਸ਼ਨ ਅਸੀਂ ਬਣਾਉਂਦੇ ਹਾਂ ਲਓ ਜੀ ਆ ਗਈਆਂ ਬੱਸਾਂ ਬਣਾ ਦਈਏ ਤੁਸੀਂ ਲੜਦੇ ਨਹੀਂ ਸਾਡੇ ਨਾਲ ਲਓ ਜੀ ਲਓ ਕਰੋ ਬੋਲੋ ਜੀ ਰਾਜਾ ਭਾਅ ਜੀ ਕੁਝ ਕਹਿਣਗੇ ਜੀ ਫਰਾਂਸ ਪਹੁੰਚ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਭਰਾਵਾਂ ਨੂੰ ਮੈਂ ਤੁਹਾਡਾ ਰਾਜਾ ਵੀਰ ਅਸੀਂ ਵੀਰ ਅੱਜ ਪੈਰਿਸ ਫਰਾਂਸ ਪਹੁੰਚ ਗਏ ਹਾਂ ਅਤੇ ਇਸ ਟਾਈਮ ਅਸੀਂ ਸਾਰੇ ਜਾਣੇ ਏਅਰਪੋਰਟ ਤੋਂ ਬਾਹਰ ਆ ਗਏ ਹਾਂ ਬੱਸਾਂ ਦੇ ਵਿੱਚ ਬਹਿਣ ਲੱਗੇ ਹਾਂ ਅਤੇ ਕਿਸੇ ਨੂੰ ਕੋਈ ਤਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਇਮੀਗ੍ਰੇਸ਼ਨ ਤੋਂ ਨਹੀਂ ਆਈ ਕੋਈ ਬੋਰਡਿੰਗ ਤੋਂ ਨਹੀਂ ਆਈ ਔਰ ਦਿੱਲੀ ਵਾਲਿਆਂ ਨੇ ਖਾਣਾ ਬਹੁਤ ਵਧੀਆ ਦਿੱਤਾ ਸਾਨੂੰ ਜੋ ਫਲਾਈਟ ਦੇ ਵਿੱਚ ਸੀਗਾ ਔਰ ਤੀਸਰੀ ਗੱਲ ਇਹ ਮੈਂ ਸਪੈਸ਼ਲੀ ਤੌਰ 'ਤੇ ਥੈਂਕਸ ਕਰਨਾ ਚਾਹੁੰਦਾ ਪੰਜਾਬ ਸਰਵਿਸ ਵਾਲੇ ਭਾਅ ਜੀ ਸੰਜੀਵ ਸਿੰਘ ਲਾਂਬਾ ਦੇ ਸੰਜੀਵ ਕੁਮਾਰ ਲਾਂਬਾ ਦਾ ਔਰ ਜਸਟ ਅਰਾਈਵਲ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਲਈ ਇੰਨੀ ਖੇਚਲ ਕੀਤੀ ਹੈ ਥੈਂਕ ਯੂ ਸੋ ਮੱਚ ਬਾਕੀ ਤੁਸੀਂ ਸਾਰਿਆਂ ਦਾ ਇੱਕ ਵਾਰੀ ਪੁੱਛ ਸਕਦੇ ਹੋ ਹਾਂਜੀ ਭਾਅ ਜੀ ਬਹੁਤ ਵਧੀਆ ਲੱਗਾ ਭਾਅ ਜੀ ਭਾਅ ਜੀ ਨੇ ਇੰਨੀ ਖੇਚਲ ਕੀਤੀ ਕਿ ਭਾਅ ਜੀ ਸਪੈਸ਼ਲ ਬੱਸਾਂ ਵੀ ਸਾਡੇ ਵਾਸਤੇ ਚਲਵਾਈਆਂ ਸੀਗੀਆਂ ਬਹੁਤ ਵਧੀਆ ਲੱਗਾ ਭਾਅ ਜੀ ਉੱਧਰ ਕੁਛ ਲੇਡੀਜ਼ ਨੂੰ ਪੁੱਛ ਲਿਓ ਤੁਸੀਂ ਇੱਕ ਵਾਰੀ ਲਓ ਜੀ ਬੱਸਾਂ ਵੀ ਖੜੀਆਂ ਦੋ ਬੱਸਾਂ ਆਈਆਂ ਜੀ ਸਾਰੇ ਪੈਸੇਂਜਰ ਜਾਣ ਵਾਲੇ ਕਿਸੇ ਨੇ ਕੋਈ ਕਹਿਣਾ ਵੀਰ ਨੇ ਬਸ ਜੀ ਸਪੈਸ਼ਲ ਥੈਂਕਸ ਹੈ ਸੰਜੀਵ ਲਾਂਬਾ ਜੀ ਦਾ ਔਰ ਪੰਜਾਬ ਸਰਵਿਸ ਵਾਲਿਆਂ ਦਾ ਹੈਲੋ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਲਾਂਬਾ ਸਰ ਤੁਸੀਂ ਸਾਡੀ ਬਹੁਤ ਹੈਲਪ ਕੀਤੀ ਹੈ ਤੁਹਾਡੀ ਬਦੌਲਤ ਆਪਣੇ ਫੈਮਿਲੀ ਦੇ ਵਿੱਚ ਪਹੁੰਚ ਰਹੇ ਹਾਂ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਅਸੀਂ ਜਾ ਰਹੇ ਹਾਂ ਆਪਣੀ ਫੈਮਿਲੀ 'ਚ ਨਾ ਤੁਹਾਡਾ ਬਹੁਤ ਬਹੁਤ ਥੈਂਕ ਯੂ